ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਤੁਹਾਡਾ ਰਮਨ ਬਾਜਵਾ ਦਸ਼ਕਵਸ ਪ੍ਰੋਗਰਾਮ ਰਾਹੀਂ ਤੁਹਾਨੂੰ ਦੇਸ਼ ਤੋਂ ਨਿਊ ਸ਼ਵਾਫਰੀ ਹਰ ਖਬਰ ਦੀ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ ਤੇ ਨਾ ਖਬਰਾਂ ਤੇ ਵਿਸਥਾਰ ਪੂਰਵਕ ਜਾਣਕਾਰੀ ਲਈ ਮੈਂ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਰਮਨ ਜੀ ਪ੍ਰੋਫੈਸਰ ਸਾਹਿਬ ਸਰਕਾਰ ਵੱਲੋਂ ਕਿਸਾਨਾਂ ਨੂੰ ਭੇਜੇ ਪੱਤਰ ਤੇ ਹੁਣ ਕਿਸਾਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਨਾਲ ਉਹ ਗੱਲਬਾਤ ਕਰਨ ਲਈ ਤਿਆਰ ਨਹੀਂ ਪਰ ਸਰਕਾਰ ਕੋਈ ਠੋਸ ਹੱਲ ਲਵੇ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਇਸ ਪੱਤਰ ਵਿੱਚ ਕੋਈ ਵੀ ਨਵੀਂ ਗੱਲ ਨਾ ਹੋਣ ਦਾ ਦਾਵਾ ਕੀਤਾ ਗਿਆ ਤੇ ਅੱਜ ਦੀ ਸ joint ਕਿਸਾਨ ਮੋਰਚੇ ਦੀ ਬੈਠਕ ਵਿੱਚ ਸਰਕਾਰ ਦੇ ਇਸ ਪੱਤਰ ਦਾ ਜਵਾਬ ਦੇਣ ਬਾਰੇ ਫੈਸਲਾ ਲਿਆ ਜਾਏਗਾ ਹਾਇ ਰੋਮਨ ਅਸਲ ਚ ਸਰਕਾਰ ਨਾਲ ਹੁਣ ਧੀਮੀ ਗਤੀ ਚ ਚਲੀ ਗਈ ਹੈ ਜਿਹਨੂੰ ਸਲੋ ਮੋਸ਼ਨ ਚ ਕਹਿੰਦੇ ਆ ਉਨ੍ਹਾਂ ਨੇ ਮੈਨੂੰ ਲੱਗਦਾ ਕਿ ਕੁਝ ਸਮਾਂ ਜਿਹੜਾ ਹੋਰ ਇਸ ਗੱਲ ਨੂੰ ਲਟਕਾਉਣ ਵਾਲੀ ਗੱਲ ਲੱਗਦੀ ਹੈ ਸਾਨੂੰ ਇਹ ਲੱਗਦਾ ਸੀਗਾ ਕਿ ਇਸ ਹਫਤੇ ਦੇ ਅੰਦਰ ਅੰਦਰ ਕਿਸੇ ਤਣਪਖਤਣ ਗੱਲ ਲੱਗ ਜੂਗੀ ਪਰ ਜਿਉਂ ਜੀ ਇਹਨਾਂ ਨੇ ਲੰਡੀ ਜੀ ਚਿੱਠੀ ਕੱਢੀ ਆ ਵੀ ਜਿਹਦੇ ਵਿੱਚ ਤਰੀਕ ਨਹੀਂ ਪਾਈ ਉਹਨਾਂ ਨੇ ਵੀ ਕਿਹੜੀ ਤਰੀਕ ਨੂੰ ਮੀਟਿੰਗ ਆ ਨਹੀਂ ਤੇ ਸਰਕਾਰ ਵੱਲੋਂ ਇਨੀਸ਼ੀਏਟਿਵ ਹੁੰਦਾ ਹੁਣ ਤੇ ਐਉਂ ਲੱਗਦਾ ਸਰਕਾਰ ਇੰਨੀ ਨਿਸਲ ਹੋ ਗਈ ਆ ਕਿ ਇੰਨੀ ਥੱਕ ਗਈ ਆ ਯਾਨੀ ਕਿਸਾਨਾਂ ਨੇ ਮਾਰ-ਮਾਰ ਕੇ ਆਪਣੀਆਂ ਗੱਲਾਂ ਬਾਤਾਂ ਆਰਗੂਮੈਂਟ ਐਨਾ ਉਹਨਾਂ ਨੂੰ ਥਕਾ ਦਿੱਤਾ ਉਹ ਜਾਨੀ ਚਿੱਠੀ ਤੇ ਕੱਢ ਦਿੱਤੀ ਆ ਪੰਜਾਂ ਪੇਜਾਂ ਦੀ ਉਹ ਬਿਊਰੋਕਰੇਟਸ ਬਿਊਰੋਕ੍ਰੈਟਿਕ ਚਿੱਠੀ ਆ ਉਹ ਪੈਰਾ ਪਾ ਦਿਓ ਆ ਪੈਰਾ ਪਾ ਦਿਓ ਪੰਜ ਪੇਜ ਬਣਾ ਦਿਓ ਜਦ ਕਿ ਚਿੱਠੀ ਦੋ ਲਾਈਨਾਂ ਦੀ ਚਾਹੀਦੀ ਆ ਜਾਂ ਚਾਰ ਲਾਈਨਾਂ ਚ ਇੱਕ ਸਾਰੀ ਚਿੱਠੀ ਖਤਮ ਹੋ ਜਾਣੀ ਚਾਹੀਦੀ ਉਹ ਬਾਰ-ਬਾਰ ਸਾਰੀਆਂ ਪਿਛਲੀਆਂ ਭੂਮਿਕਾਵਾਂ ਉਹ ਗੱਲਾਂ ਬਾਤਾਂ ਨੂੰ ਵਿੱਚ ਘਸੋੜਨ ਦੀ ਕੀ ਲੋੜ ਹੈਗੀ ਆ ਤੁਸੀਂ ਪੰਜ ਪੇਜ ਦੀ ਚਿੱਠੀ ਬਣਾਈਓ ਪੁਰਾਣੀਆਂ ਐ ਪਾਣੀ ਚੁੰਬੜਾਣੀ ਪਾਈ ਹੈ ਜੋ ਜਿੰਨਾ ਕ ਮੈਂ ਦੇਖਿਆ ਸਾਰਾ ਉਹਦੇ ਚ ਤੇ ਚਾਹੀਦਾ ਇਹ ਸੀ ਕਿ ਜਿਸ ਸਟੇਜ ਦੇ ਉੱਤੇ ਗੱਲ ਪਹੁੰਚੀ ਹੋਈ ਆ ਉਦੋਂ ਅੱਗੇ ਗੱਲ ਤੋਰੀ ਜਾਏ ਪ੍ਰਾਣੀਆਂ ਨੂੰ ਗੱਲਾਂ ਨੂੰ ਬਾਰ ਬਾਰ ਰਿਪੀਟ ਕਰਦਾ ਕੀ ਨਿਕਲੂਗਾ ਜਿਹੜੀ ਚਿੱਠੀ ਉਹਨਾਂ ਨੇ ਡੇਟ ਨਹੀਂ ਦਿੱਤੀ ਗੱਲਬਾਤ ਕਰਦੇ ਉਹਦੀਆਂ ਦੋ ਤਿੰਨ ਪ੍ਰਭਾਵ ਪੈ ਰਹੇ ਆ ਇੱਕ ਤੇ ਆ ਕਿ ਗੱਲ ਨੂੰ ਲਮਕਾਉਣ ਦੇ ਵਿੱਚ ਕਿ ਹਾਂ ਜੀ ਦੇਖੋ ਡਾਇਲੌਗ ਚੱਲ ਰਿਹਾ ਤਾਂ ਕਿ ਕੱਲ ਨੂੰ ਜੇ ਕੋਰਟ ਦੇ ਵਿੱਚ ਜਿਹੜੀ ਵਕੇਸ਼ਨ ਕੋਰਸ ਜਿਹੜੀ ਕੋਰਟ ਹੁਣ ਸੁਪਰੀਮ ਕੋਰਟ ਦਾ ਜਿਹੜਾ ਅਲੱਗ ਬੈਂਚ ਹੋਊਗਾ ਕਿਉਂਕਿ 4 ਤਰੀਕ ਤੋਂ ਫਿਰ ਰੈਗੂਲਰ ਕੋਰਟ ਖੁੱਲੂਗੀ 4 ਜਨਵਰੀ ਤੋਂ ਤਾਂ ਉਸ ਦੇ ਵਿੱਚ ਉਹਨਾਂ ਨੂੰ ਕੋਰਟ ਨੂੰ ਦੱਸਣ ਲਈ ਇੱਕ ਤੇ ਵਿਚਾਰ ਬਣ ਰਿਹਾ ਲੋਕਾਂ ਦੀ ਪਰਸੈਪਸ਼ਨ ਬਣ ਰਹੀ ਹੈ ਧਾਰਨਾ ਕਿ ਉਹਦੇ ਲਈ ਇਹ ਚਿੱਠੀ ਕੰਢੀ ਗਈ ਹੈ ਤਾਂ ਕਿ ਜਦ ਕੋਰਟ ਪੁੱਛੂਗੀ ਵੀ ਤੁਸੀਂ ਕੀ ਕੀਤਾ ਉਦੋਂ ਪਿਛਲੀ ਮੀਟਿੰਗ ਤੋਂ ਬਾਅਦ ਸਾਡੀ ਜੱਜਮੈਂਟ ਤੋਂ ਬਾਅਦ ਕੀ ਕੀਤਾ ਉਹ ਕਹਣਗੇ ਜੀ ਦੇਖੋ ਦੁਬਾਰਾ ਚਿੱਠੀ ਕੱਢਤੀ ਹੈ ਔਰੇ ਬਾਲ ਜਿਹੜਾ ਇਹਨਾਂ ਦੀ ਕੋਰਟ ਚ ਸੌੜਦਾ ਵੀ ਤਰੀਕ ਜਿਹੜੀ ਮਰਜ਼ੀ ਪਾ ਲਓ ਖਾਨਾ ਖਾਲੀ ਛੱਡ ਦਿੱਤਾ ਵੀ ਕਿਹੜੀ ਤਰੀਕ ਨੂੰ ਮੀਟਿੰਗ ਕਰਨੀ ਆ ਇਹਦੇ ਇੱਕ ਦੂਸਰੇ ਅਰਥ ਵੀ ਹੈਗੇ ਆ ਉਹ ਅਰਥ ਰੂਮ ਨੇ ਹੈਗੇ ਕਿ ਸਰਕਾਰ ਆਪਣੇ ਹੱਥ ਖੜੇ ਕਰ ਚੁੱਕੀ ਆ ਕਿ ਸਾਡੇ ਵਾਸਤੇ ਦੀ ਗੱਲ ਨਹੀਂ ਜੋ ਕਰਨਾ ਤੁਸੀਂ ਕਰ ਲਓ ਇਸ ਦਾ ਮਤਲਬ ਇਹ ਆ ਕਿ ਹੁਣ ਮਨਿਸਟਰ ਸਹਿਵਾਨ ਜਾਂ ਸਰਕਾਰ ਉਸ ਡੇਟ ਨੂੰ ਮੀਟਿੰਗ ਕਰੂਗੀ ਉਸ ਘੰਟੇ ਨੂੰ ਉਸ ਤਰੀਕ ਨੂੰ ਮੀਟਿੰਗ ਕਰੂਗੀ ਜਿਹੜੀ ਸਰਕਾਰ ਜਿਹੜੀ ਕਿਸਾਨ ਤੈ ਕਰਨਗੇ ਕਦੀ ਦੁਨੀਆ ਚੇਂਜ ਹੋਇਆ ਕਦੀ ਪਹਿਲਾ ਇਹੋ ਜਿਹਾ ਨਹੀਂ ਹੋਇਆ ਤੁਹਾਨੂੰ ਇਹ ਦੇਖਣ ਨੂੰ ਹੁੰਦਾ ਕਿ ਜੋ ਵੀ ਅਸਲ ਮਾਨਿਆਂ ਦੇ ਵਿੱਚ ਸਰਕਾਰ ਜਿਹੜੀ ਆ ਉਹ ਕਿਉਂਕਿ ਉਹਦੇ ਕੋ ਪਿਆਰਾ ਫਰਨੇਲੀਆ ਹੁੰਦਾ ਕਿਉਂਕਿ ਸਰਕਾਰ ਆਪਣੇ ਆਪ ਨੂੰ ਹਮੇਸ਼ਾ ਸਮਝਦੀ ਆ ਕਿ ਸਾਡੇ ਕੋਲ ਟਾਈਮ ਨਹੀਂ ਜੀ ਕਿਸੇ ਗੱਲ ਦਾ ਅਸੀਂ ਜੋ ਟਾਈਮ ਦਵਾਂਗੇ ਤੁਹਾਨੂੰ ਹਾਜ਼ਰ ਹੋਣਾ ਪਊਗਾ ਕੋਰਟ ਵਿੱਚ ਵੀ ਇੰਜ ਹੀ ਹੁੰਦਾ ਜੱਜ ਤਰੀਕ ਜਿਹੜੀ ਦੇ ਦਿੰਦਾ ਤੁਹਾਨੂੰ ਉਹਦੇ ਤੇ ਹਾਜ਼ਰ ਹੋਣਾ ਪੈਂਦਾ ਭਾਵੇਂ ਤੁਸ ਤੁਹਾਨੂੰ ਬੁਖਾਰ ਚੜ੍ਹਿਆ ਹੋਵੇ ਭਾਵੇਂ ਰਾਜ ਹਾੜ ਆਇਆ ਹੋਵੇ ਇਸ ਲਈ ਇਹ ਜਿਹੜੀ ਐਟੀਟਿਊਡ ਬਣਿਆ ਨਾ ਇੱਕ ਗੱਲ ਬੜੀ ਸਾਫ਼ ਹੈਗੀ ਯਾਰ ਰੋਮਨ ਕਿ ਇਹ ਹੁਣ ਸਰਕਾਰ ਇਹ ਚਾਹੁੰਦੀ ਆ ਕਿ ਦੇਖੋ ਜੋ ਤੁਸੀਂ ਕਰਨਾ ਹੁਣ ਕਰ ਲਓ ਸਾਡੇ ਹੱਥ-ਪਾਸ ਦੀ ਗੱਲ ਨਹੀਂ ਰਹੀ ਜਿਸ ਤਰ੍ਹਾਂ ਕਹੋਗੇ ਕਰ ਲਈ ਅਸੀਂ ਤਿਆਰ ਆ ਇਹਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪੱਤਰ ਭੇਜਿਆ ਗਿਆ ਗੱਲਬਾਤ ਦਾ ਸੱਦਾ ਦਿੱਤਾ ਗਿਆ ਪਰ ਇਸ ਗੱਲਬਾਤ ਦਾ ਕੋਈ ਸਮਾਂ ਜੋ ਹੈ ਉਹ ਤੈਅ ਨਹੀਂ ਕੀਤਾ ਗਿਆ ਹੇ ਤੱਕ ਇਸ ਮੀਟਿੰਗ ਬਾਰੇ ਫੈਸਲਾ ਨਹੀਂ ਲਿਆ ਗਿਆ ਕਿ ਕਿਸ ਦਿਨ ਇਹ ਮੀਟਿੰਗ ਜੋ ਹੈ ਕੀਤੀ ਜਾਏਗੀ ਕਿਸਾਨਾਂ ਨਾਲ ਮੈਂ ਉਦਾਂ ਹੀ ਕਾਰਨ ਐਕਸਪਲੇਨ ਕਰ ਰਿਹਾ ਜਿਹੜੀ ਤੁਸੀਂ ਗੱਲ ਕਹਿ ਰਹੇ ਹਾਂ ਕੇ ਕਾਰਨ ਉਹਦਾ ਇਹੀ ਮੈਂ ਦੱਸ ਰਿਹਾ ਕਿ ਜਦੋਂ ਤੁਹਾਡੇ ਆਪਣੇ ਵਾਸਤੇ ਦੀ ਗੱਲ ਆ ਰਹੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਨੂੰ ਆਰਡਰ ਕਰੋ ਤਾਂ ਮੈਂ ਇਹੀ ਗੱਲ ਦਾ ਪੁਆਇੰਟ ਬਣਾ ਰਿਹਾ ਕਿ ਸਰਕਾਰ ਕਹਿੰਦੀ ਹੈ ਕਿ ਤੁਸੀਂ ਸਾਨੂੰ ਜੋ ਕਿਸਾਨ ਆਰਡਰ ਕਰਨਗੇ ਜਿਵੇਂ ਕਿਸਾਨ ਸਰਕਾਰ ਹੋਣ ਤੇ ਉਹਨਾਂ ਨੇ ਉਹਨਾਂ ਦੀ ਕੋਰਟ ਵਿੱਚ ਕਚਹਿਰੀ ਵਿੱਚ ਹਾਜ਼ਰ ਹੋਣਾ ਹੋਵੇ ਹਾਲਤ ਤੇ ਇਹੋ ਜਿਹੀ ਲੱਗਦੀ ਹੈ ਕਿ ਜੇ ਕੋਰਟ ਜੇ ਕਿਸਾਨ ਕਹਿਣਗੇ ਜੇ ਵੀ ਐਸੀ ਪ੍ਰਧਾਨ ਮੰਤਰੀ ਤੋਂ ਥੱਲੇ ਗੱਲ ਨਹੀਂ ਕਰਨੇ ਉਹ ਇਸ ਗੱਲ ਦੇ ਵੀ ਸ਼ਾਇਦ ਪਿਆਰ ਹੋ ਜਾਣ ਕਿਉਂਕਿ ਜਦੋਂ ਹੋਮ ਮਿਨਿਸਟਰ ਤੱਕ ਗੱਲ ਹੋ ਗਈ ਆ ਤੇ ਕੁਦਰਤੀ ਹੈਗੀ ਆ ਕਿ ਪ੍ਰਧਾਨ ਮੰਤਰੀ ਅਗਲੀ ਇੱਕ ਪੌੜੀ ਬਚੀ ਆ ਉਦੋਂ ਬਾਅਦ ਤੇ ਕੋਈ ਗੱਲ ਹੋਣੀ ਨਹੀਂ ਤੇ ਇਹਦੇ 'ਚ ਕੋਈ ਹਰਜ ਨਹੀਂ ਹੈ ਪ੍ਰਧਾਨ ਮੰਤਰੀ ਦੇਖੋ ਇੰਨੇ ਲੋਕ ਉਹਨਾਂ ਦੇ ਫਾਲੋਅਰ ਹੈਗੇ ਆ ਇੰਨੇ ਉਹਨਾਂ ਦੇ ਹੋਰ ਕਿਸਮ ਦੇ ਜਿਹੜੇ ਲਾਇਲ ਆਦਮੀ ਹੈਗੇ ਆ ਜਾਂ ਉਹਨਾਂ ਦੀ ਜਿਹੜੀ ਚਮਤਕਾਰੀ ਭਾਸ਼ਾ ਨੇ ਉਹਨਾਂ ਤੋਂ ਇੰਨੇ ਲੋਕ ਪ੍ਰਭਾਵਿਤ ਆ ਤੇ ਉਹਨਾਂ ਨੂੰ ਥੋੜਾ ਚੱਕਾ ਚਾਹੁੰਦੇ ਆ ਆਪਣੀ ਚਮਤਕਾਰ ਕਿਸਾਨਾਂ ਨਾਲ ਵੀ ਦਿਖਾਉਣੇ ਚਾਹੀਦੇ ਆ ਔਰ ਇਹ ਦੱਸਣਾ ਵੀ ਚਾਹੀਦਾ ਕਿ ਕਿਉਂ ਕਿਵੇਂ ਕਿਸਾਨ ਅਮੀਰ ਹੋਣਗੇ ਕਿਵੇਂ ਕਿਸਾਨ ਆਜ਼ਾਦ ਹੋਣਗੇ ਕਿਵੇਂ ਕਿਸਾਨ ਬਾਗੋ ਬਾਗ ਹੋਣਗੇ ਇਹ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਪ੍ਰਧਾਨ ਮੰਤਰੀ ਕਿਉਂਕਿ ਸਭ ਤੋਂ ਜ਼ਿਆਦਾ ਜੋਰ ਸਾਰੇ ਦੇਸ਼ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਵੀਡੀਓ ਕਾਨਫਰੰਸ ਕਰਕੇ ਲਾ ਰਹੇ ਆ ਤੇ ਇੱਕ ਮੀਟਿੰਗ ਮੇਰੇ ਕਿਸਾਨ ਵੀਰਾਂ ਤੋਂ ਤੇ ਇਹੋ ਉਮੀਦ ਹੋਊਗੀ ਕਿ ਉਹ ਕਹਿਣ ਕਿ ਸਾਰਿਆਂ ਨੂੰ ਹੁਣ ਦੇਖ ਲਿਆ ਹੁਣ ਤੇ ਕੋਈ ਥਾਂ ਬਚਿਆ ਉਹ ਹੈਗਾ ਪ੍ਰਧਾਨ ਮੰਤਰੀ ਉਹ ਮੀਟਿੰਗ ਕਰਨ ਅਸੀਂ ਐਨ ਨਹਾ ਤੋ ਕੇ ਸਾਫ਼ ਸੁਥਰੇ ਕੱਪੜੇ ਪਾ ਕੇ ਤੇ ਵਧੀਆ ਟਾਂਗ ਦੇ ਨਾਲ ਹਾਰ ਸ਼ਿੰਗਾਰ ਕੇ ਉਸ ਉਮੀਦ ਵਿੱਚ ਮੀਟਿੰਗ ਚਾਹਾਂਗੇ ਕਿ ਪ੍ਰਧਾਨ ਮੰਤਰੀ ਜਾਂਦੇ ਆ 15 ਮਿੰਟਾਂ ਚ ਚਾਹ ਪਿਲਾ ਕੇ ਮੀਟਿੰਗ ਖਤਮ ਕਰ ਦੇਣਗੇ ਤੇ ਇੱਕੋ ਹੀ ਲਾਈਨ ਦੇ ਵਿੱਚ ਕਹਿ ਦੇਣਗੇ ਲਓ ਭਈ ਤੁਸੀਂ ਹੁਣ ਜੇ ਨਹੀਂ ਖੁਸ਼ ਤੇ ਅਸੀਂ ਤਿੰਨੇ ਹੀ ਕਾਨੂੰਨ ਵਾਪਸ ਅਸੀਂ ਫਾਇਦਾ ਤੇ ਤੁਹਾਡਾ ਕਰਨਾ ਚਾਹੁੰਦੇ ਸੀ ਬਾਅਦ ਚ ਪਿਸਤਾਓਗੇ ਤੁਸੀਂ ਅੱਜ ਸਾਡੀ ਗੱਲ ਨਹੀਂ ਸੁਣਦੇ ਪਰ ਅੱਜ ਅਸੀਂ ਮੈਂ ਤੁਹਾਡੀ ਇਸ ਭਾਵਨਾ ਨੂੰ ਤੁਹਾਡੇ ਇਸ ਤਰਕਾਂ ਨੂੰ ਮੱਧੇ ਨਜ਼ਰ ਰੱਖਦੇ ਹੋ ਇਹ ਤਿੰਨੇ ਕਾਨੂੰਨ ਵਾਪਸ ਲੈ ਲੈਣੇ ਇੰਨੀ ਕੀ ਮੀਟਿੰਗ ਜਿਹੜੀ ਆ ਆਉਣ ਵਾਲੇ ਸਮੇਂ 'ਚ ਪ੍ਰਧਾਨ ਮੰਤਰੀ ਲਈ ਕਾਫੀ ਆ ਪਰ ਇਸ ਜਿੰਨਾ ਇਹ ਸੌਖਾ ਲੱਗਦਾ ਸਰਕਾਰ ਨੇ ਉਸ ਨੂੰ ਕਾਫੀ ਇਸ ਗੱਲ ਨੂੰ ਸੀਰੀਅਸ ਲਿਆ ਕਿ ਉਹਨਾਂ ਨੂੰ ਵੀ ਇਹ ਲੱਗਦਾ ਸਰਕਾਰ ਨੂੰ ਕਿ ਜੇ ਇਸ ਤਰ੍ਹਾਂ ਸ਼ੁਰੂ ਹੋ ਗਿਆ ਤੇ ਫਿਰ ਸੂਬੇ ਜਿਹੜੇ ਆ ਉਹ ਇੰਨੇ ਸਸ਼ਕਤ ਹੋ ਜਾਣਗੇ ਅੱਜ ਪੰਜਾਬ ਉੱਠਿਆ ਨਾਲ ਹਰਿਆਣਾ ਉੱਠ ਪਿਆ ਕੱਲ੍ਹ ਉੱਪੀ ਉੱਠ ਪਊ ਫਿਰ ਮੱਧ ਪ੍ਰਦੇਸ਼ ਤੇ ਬਿਹਾਰ ਵੱਲ ਵੀ ਟੀਮਾਂ ਗਈਆਂ ਹੀਆਂ ਉੱਥੇ ਸਮਝਾਉਣ ਕੱਲ੍ਹ ਕੁਝ ਟੀਮਾਂ ਪਟਨੇ ਪਹੁੰਚ ਗਈਆਂ ਆ ਜਿਹੜੀਆਂ ਦੱਸਣ ਲਈ ਕਿ ਤੁਹਾਡਾ ਐਮਐਸਪੀ ਨਾ ਮਿਲਣ ਕਰਕੇ ਜਿੰਨੀ ਲੁੱਟ ਹੁੰਦੀ ਆ ਤੇ ਜਿੰਨਾ ਸਾਡਾ ਪੰਜਾਬ ਦਾ ਐਮਐਸਪੀ ਮਿਲਣ ਕਰਕੇ ਮਿਨਿਮਮ ਸਪੋਰਟ ਪ੍ਰਾਈਸ ਮਿਲਣ ਕਰਕੇ ਸਾਡੀ ਪੰਜਾਬ ਦੀ ਖੇਤੀ ਨੂੰ ਰਾਹਤ ਆ ਇਹ ਗੈਪ ਜਿਹੜਾ ਦੂਰ ਹੋਣਾ ਚਾਹੀਦਾ ਇਧਰ ਨੂੰ ਵੀ ਗੱਲ ਚੱਲੀ ਹੋਈ ਆ ਪਰ ਨਾਲ ਹੀ ਇੱਥੇ ਜਿੱਥੇ ਇੱਕ ਪਾਸੇ ਅੱਜ ਮੀਟਿੰਗ ਹੋਣੀ ਆ ਕਿਸਾਨ ਲੀਡਰਾਂ ਦੀ ਅਗਲਾ ਫੈਸਲਾ ਲੈਣ ਲਈ ਮੈਨੂੰ ਜਿਹੜਾ ਬਾਈ ਐਂਡ ਲਾਰਜ ਲੱਗਦਾ ਕਿ ਉਹਦੇ ਚ ਫੈਸਲਾ ਇਹੋ ਜਿਹਾ ਹੀ ਹੋਣਾ ਆ ਕਿ ਇਸ ਚਿੱਠੀ ਦੇ ਵਿੱਚ ਕੁਝ ਹੈ ਨਹੀਂ ਆ ਜੇ ਕੋਈ ਤੁਹਾਡੇ ਕੋਲ ਖਾਸ ਸੋਲਿਡ ਸਾਡੀ ਪ੍ਰਪੋਜ਼ਲ ਦਾ ਜਵਾਬ ਹੈ ਤਾਂ ਉਹ ਸਾਨੂੰ ਲਿਖ ਕੇ ਭੇਜੋ ਅਸੀਂ ਵਿਚਾਰ ਕਰਦੇ ਆ ਇਹੋ ਜੇ ਕਾਗਜ਼ ਕਾਲੇ ਕਾਨੂੰ ਕਰਦੇ ਆ ਨਾਲੇ ਤੁਸੀਂ ਆਪਣਾ ਟਾਈਮ ਬਰਬਾਦ ਕਰਦੇ ਆ ਨਾਲੇ ਸਾਡਾ ਟਾਈਮ ਬਰਬਾਦ ਕਰਦੇ ਆ ਦੂਜੇ ਪਾਸੇ ਜਿਹੜਾ ਲੜੀਵਾਰ ਚੇਨ ਫਾਸਟ ਜਿਹੜਾ ਉਹ ਜਾਣੀ ਹੈਗਾ ਆ ਤੇ ਉਹ ਜ਼ਰੂਰੀ ਜਿਹੜਾ ਨਾਲ ਇੱਕ ਸਾਂਝਾ ਜਿਹੜਾ ਚੱਲੀ ਜਾ ਰਿਹਾ ਉਹਦੇ ਵਿੱਚ ਕੱਲ 11-11 ਬੰਦੇ ਸਾਰੀ ਜਗ੍ਹਾ ਤੇ ਭੋਖ ਹੜਤਾਲ ਤੇ ਬੈਠੇ ਸੀਗੇ ਔਰ ਮੇਰਾ ਖਿਆਲ ਹੈ ਕਿ ਇਹ ਜਿਹੜਾ ਪਾਥ ਚੂਜ਼ ਕੀਤਾ ਬਹੁਤ ਹੀ ਵਾਈਜ਼ ਹੈਗਾ ਕਿ ਇਸ ਨੂੰ ਸਲੋ ਮੋਡ 'ਚ ਰੱਖਾਂਗੇ ਜੇ ਅਸੀਂ ਤੇਜ਼ੀ ਨਾਲ ਚੀਤੇ ਵਾਂਗੂ ਭੱਜਾਂਗੇ ਤੇ 100 ਮੀਟਰ ਤੋਂ ਬਾਅਦ ਚੀਤਾ ਭੱਜ ਨਹੀਂ ਸਕਦਾ ਅਸੀਂ ਵੀ ਥੱਕ ਜਾਾਂਗੇ ਜੇ ਅਸੀਂ ਕਛੂਏ ਦੀ ਚਾਲ ਚੱਲਾਂਗੇ ਤੇ ਅਸੀਂ ਇਹ ਰੇਸ ਜ਼ਰੂਰ ਜਿੱਤਾਂਗੇ ਮੈਨੂੰ ਲੱਗਦਾ ਕਿ ਜਿਸ ਢੰਗ ਨਾਲ ਅੱਜ ਤੱਕ ਸਹਿਜ ਰੱਖਿਆ ਸ਼ਾਂਤੀ ਰੱਖੀ ਆਪਨਾ ਇੱਕਾ ਮਜ਼ਬੂਤ ਰੱਖਿਆ ਇੱਕ ਦੂਜੇ ਨਾਲ ਭਾਈਚਾਰਾ ਰੱਖਿਆ ਉਹ ਸਾਡੀਆਂ ਸ਼ਕਤੀਆਂ ਦੇ ਪਿੱਲਰ ਹੈਗੇ ਆ ਉਹ ਮਜ਼ਬੂਤ ਇਸੇ ਤਰ੍ਹਾਂ ਹੀ ਰਹਿਣਗੇ ਤਾਂ ਇਹ ਲੜਾਈ ਅੱਜ ਨਹੀਂ ਤੇ ਕੱਲ ਜ਼ਰੂਰ ਜਿੱਤੀ ਜਾਊਗੀ ਰੋਮਨ ਵਿੱਚ ਨਿਤਰੇ ਪੰਜਾਬ ਦੇ ਸਾਬਕਾ ਆਈਐਸ ਅਧਿਕਾਰੀ ਤੇ ਕੇਂਦਰ ਸਰਕਾਰ ਨੂੰ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ ਗਈ ਹੈ ਇਸ ਤੋਂ ਇਲਾਵਾ ਕਿਸਾਨ ਅਤੇ ਬੰਦਿਆਂ ਨਾਲ ਤਾਲਮੇ ਲਈ ਸਬ ਕਮੇਟੀ ਵੀ ਕਾਇਮ ਕਰਨ ਦਾ ਫੈਸਲਾ ਲਿਆ ਗਿਆ ਹੈ ਅਸਲ 'ਚ ਉਹਨੇ ਇਦਾਂ ਆ ਕਿ ਜਦੋਂ ਇਹ ਜੌਬ ਦੇ ਉੱਤੇ ਹੁੰਦੇ ਆ ਤੇ ਉਦੋਂ ਤੋਂ ਉਦੋਂ ਤੇ ਦੇਖੋ ਵਿਚਾਰ ਹੋਰ ਤਰ੍ਹਾਂ ਹੁੰਦੇ ਆ ਉਦੋਂ ਤੇ ਸਰਕਾਰ ਨੂੰ ਬਚਾਉਣ 'ਚ ਸਾਰੇ ਤੌਰ ਤਰੀਕੇ ਇਹੀ ਦੱਸਦੇ ਆ ਮਨਿਸਟਰਾਂ ਨੂੰ ਕਿ ਆਹ ਕਾਇਦਾ ਕਾਨੂੰਨ ਐਂ ਜਿਆ ਤੇ ਤੁਸੀਂ ਇੱਥੋਂ ਆ ਖੱਬੇ ਪਾਸੇ ਐਂ ਜਿ ਕਰ ਸਕਦੇ ਸੱਜੇ ਪਾਸੇ ਐਂ ਜਿ ਕਰ ਸਕਦੇ ਆ ਹੁਣ ਜਦੋਂ ਰਿਟਾਇਰ ਆ ਸੱਤਾ ਤੋਂ ਬਾਹਰ ਆ ਤੇ ਕੁਦਰਤੀ ਹੈ ਕਿ ਉਹਨਾਂ ਨੂੰ ਵੀ ਇੱਕ ਚਾਹੀਦਾਤ ਹੈ ਹੀ ਆ ਕਿ ਜੋ ਇਸ ਤਰ੍ਹਾਂ ਇੰਨਾ ਚਿਰਦਾ ਆਨੰਦ ਮਾਣਿਆ ਆ ਇਸ ਭਰਾਵਾਂ ਨੂੰ ਵੀ ਕੋਈ ਨਾ ਕੋਈ ਰਤਬਾ ਜਾਂ ਉਹਨਾਂ ਦੀ ਐਕਸਪਰਟੀਜ਼ ਪਰ ਜਿਹੜੀ ਐਕਸਪਰਟੀਜ਼ ਇਹਨਾਂ ਦੀ ਉੱਥੇ ਸਰਕਾਰ 'ਚ ਰਹਿੰਦੇ ਆਂ ਹੁੰਦੀ ਆ ਉਹ ਨਹੀਂ ਚਾਹੀਦੀ ਹੈ ਉਹ ਤਾਂ ਫਿਰ ਉਲਟੇ ਪਾਸੇ ਲੈ ਜਾਊਗੀ ਉਹ ਤੇ ਦੂਜੇ ਪਾਸੇ ਨੂੰ ਹੈ ਜੋ ਸਰਕਾਰਾਂ ਕੋ ਜਿਵੇਂ ਆਈਏਐਸ ਵੀਰ ਸਾਡੇ ਕਰਾਉਂਦੇ ਆ ਸਾਡੇ ਸਾਹਮਣੇ ਹੀ ਆ ਪੁੱਠੇ ਸਿੱਧੇ ਕੰਮ ਤੇ ਨਾਲ ਇਹੀ ਸਾਰੇ ਦੱਸਦੇ ਆ ਤੇ ਹੁਣ ਕਈ ਉਹਨਾਂ ਚੋਂ ਜਿਹੜੇ ਕਈ ਬੰਦਿਆਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਇਹ ਜਿਹੜੇ 18 ਬੰਦਿਆਂ ਨੇ ਕੱਲ ਮੀਟਿੰਗ ਕਰਕੇ ਕੀਤਾ ਇਹ ਬੜਾ ਵੈਲਕਮ ਸਟੈਪ ਹੈਗਾ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਸਾਰਾ ਮੈਦਾਨ ਰੋਮਨ ਪਖਿਆ ਹੋਇਆ ਐਸ ਵੇਲੇ ਕਿਸਾਨਾਂ ਦੀ ਬੱਲੇ ਬੱਲੇ ਆ ਕਿਸਾਨ ਤੇ ਜਦੋਂ ਸਿੱਧੇ ਹੋਮ ਮਿਨਿਸਟਰ ਨਾਲ ਗੱਲ ਕਰਦੇ ਆ ਤੇ ਇਹਦਾ ਮਤਲਬ ਚੀਫ ਮਿਨਿਸਟਰ ਨਾਲੋਂ ਤੇ ਬਹੁਤ ਉੱਪਰ ਚਲੇ ਗਏ ਆ ਉੱਥੇ ਤੇ ਹੋਮ ਮਿਨਿਸਟਰ ਟਾਈਮ ਨਹੀਂ ਦਿੰਦਾ ਰਾਸ਼ਟਰਪਤੀ ਟਾਈਮ ਨਹੀਂ ਦਿੰਦਾ ਕੱਲ ਨੂੰ ਇਹ ਵੀ ਦੇਖਿਓ ਕਿ ਇਹੋ ਰਾਸ਼ਟਰਪਤੀ ਨਾ ਕਿਸਾਨਾਂ ਨੂੰ ਵੀ ਟਾਈਮ ਦੇਣਗੇ ਜੇ ਉਹ ਮੰਗਣਗੇ ਤੇ ਇਸ ਲਈ ਉਹਨਾਂ ਦੀ ਜਿਹੜੀ ਬੱਲੇ ਬੱਲੇ ਆ ਤੇ ਹਰ ਕੋਈ ਚਾਹੁੰਦਾ ਕਿ ਅਸੀਂ ਇੰਨੀ ਜਿਹੜੀ ਚੜ੍ਹਤ ਆ ਉਹਦੇ ਵਿੱਚ ਸ਼ਾਮਲ ਹੋ ਕੇ ਤੇਲਫੁਲ ਆਪਣਾ ਹਿੱਸਾ ਵੀ ਪਾਈਏ ਤੇ ਬਹੁਤ ਹੀ ਉਹਨਾਂ ਨੇ ਚੰਗਾ ਸੋਚਿਆ ਆ ਪਰ ਨਾਲ ਹੀ ਜੋ ਸਰਕਾਰਾਂ ਚ ਰਹਿੰਦੇ ਹੋਏ ਸਾਡੇ ਵੀਰ ਕਰਦੇ ਆ ਹੁਣ ਤੇ ਵਿਰਠਾਇਆ ਜਾ ਉਹਨਾਂ ਨੂੰ ਬਿਲਕੁਲ ਆਜ਼ਾਦਾਨਾ ਤੌਰ ਤੇ ਸੋਚਣਾ ਚਾਹੀਦਾ ਔਰ ਪੰਜਾਬ ਦੇ ਹਿੱਤ ਵਿੱਚ ਔਰ ਕਿਸਾਨਾਂ ਦੇ ਹਿੱਤ ਵਿੱਚ ਡਟਣਾ ਚਾਹੀਦਾ ਇਦੇ ਵਿੱਚ ਇਹ ਤੋਂ ਇਲਾਵਾ ਹੋਰ ਕੋਈ ਕਿਸੇ ਕਿਸਮ ਦੇ ਆਪਣੇ ਅੰਡਰ ਕਰੰਟ ਜਾਂ ਹੋਰ ਕਿਸੇ ਕਿਸਮ ਦਾ ਮਕਸਦ ਨਹੀਂ ਹੋਣਾ ਚਾਹੀਦਾ ਜੇ ਪੰਜਾਬ ਬਚੂ ਜੇ ਕਿਸਾਨ ਬਚੂ ਤੇ ਅਸੀਂ ਸਾਰੇ ਬਚਾਂਗੇ ਇਹ ਕਿ ਮੈਨੂੰ ਚੰਗੀ ਗੱਲ ਲੱਗੀ ਕਿ ਕਾਫੀ ਉਹਦੇ 'ਚ ਮੈਂ ਕੁਝ ਜਿਹੜੇ ਅਫਸਰ ਸਹਿਬਾਨ ਉਹਨਾਂ ਨੂੰ ਜਾਣਦਾ ਆ ਉਹਦੇ 'ਨਾਂ 'ਚ ਬੋਪਰਾਏ ਸਾਹਿਬ ਆ ਫਿਰ ਪਹਿਲੇ ਚੀਫ ਸੈਕਟਰੀ ਰਹੇ ਆ ਰਮੇਸ਼ਿੰਦਰ ਸਿੰਘ ਹੈਗੇ ਆ ਇਸੇ ਤਰੀਕੇ ਨਾਲ ਸਿੱਧੂ ਹੈਗੇ ਆ ਇਸ ਤਰ੍ਹਾਂ ਕੁੰਡਲ ਸਾਹਿਬ ਹੈਗੇ ਕਾਫੀ ਮਤਲਬ ਚੰਗੇ ਜਿਹੜੇ ਸੋਸ਼ਲ ਐਕਟਿਵਿਸਟ ਟਾਈਪ ਜਿਹੜੇ ਸੋਸ਼ੀਅਲੀ ਕੌਂਸ਼ੀਅਸ ਆਈਏਐਸ ਆ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਬੜਾ ਵੈਲਕਮ ਗੱਲ ਹੈਗੀ ਰੋਮਨ ਪ੍ਰੋਫੈਸਰ ਸਰਵੋਧਰ ਆਰਤਿਆਂ ਵੱਲੋਂ ਹੁਣ ਆਮਦਨ ਕਰ ਵਿਭਾਗ ਦੇ ਛਾਪਿਆਂ ਖਿਲਾਫ ਹੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਛਾਪਾ ਮਾਰ ਟੀਮਾਂ ਦੇ ਖਰਾਉ ਦਾ ਵੀ ਐਲਾਨ ਕੀਤਾ ਗਿਆ। ਮੈਨੂੰ ਤੇ ਲੱਗਦਾ ਹੈ ਕਿ ਕਰਨਾ ਚਾਹੀਦਾ ਇਹ ਜਿਹੜਾ ਇਹਨਾਂ ਨੇ ਹੱਤ ਚੁੱਕੀ ਆ ਨਾ ਕਿ ਜਦੋਂ ਮਰਜ਼ੀ ਆ ਜਿਸ ਤਰ੍ਹਾਂ ਇਹਨਾਂ ਨੂੰ ਥੋੜਾ ਜਿਹਾ ਲੱਗਦਾ ਕਿ ਜਿਹੜਾ ਵੀ ਮੂੰਹ ਖੋਲਦਾ ਆ ਉਹਦੇ ਤੇ ਪਰ ਚੜਾ ਦਿਓ EDI, IB ਤੇ ਫਲਾਨਾ ਏਜੰਸੀਆਂ ਇਹ ਏਜੰਸੀਆਂ ਵੀ ਦੇਖਿਆ ਬੜੀ ਹੈਰਾਨੀ ਦੀ ਗੱਲ ਆ ਸਾਡੀ ਮਦਦ ਲਈ ਕਰਪਸ਼ਨ ਦੂਰ ਕਰਨ ਲਈ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਕੋਈ ਧੰਨ ਦੀ ਚੋਰੀ ਨਾ ਕਰੇ ਕੋਈ ਕਰਪਸ਼ਨ ਨਾ ਹੋਏ ਪਰ ਸਭ ਤੋਂ ਵੱਧ ਕ腐ਸ਼ਨ ਤੇ ਸਰਕਾਰਾਂ ਕਰਦੀਆਂ ਆ ਸਭ ਤੋਂ ਵੱਧ ਆ ਜਿਹੜਾ ਹੁਣ ਸਾਰਾ ਸਿਆਪਾ ਬਣਿਆ ਇਹ ਕਿਹਨੇ ਬਣਾਇਆ ਇਹ ਕਿਹਨੇ ਇਸ ਕਿਸਾਨਾਂ ਦੇ ਉੱਤੇ ਹਮਲਾ ਕੀਤਾ ਕੋਈ ਜਾਪਾਨ ਦੀ ਜਾਂ ਕਿਸੇ ਅਮਰੀਕਾ ਦੀ ਸਰਕਾਰ ਨੇ ਥੋੜੀ ਹਮਲਾ ਕੀਤਾ ਹੋਇਆ ਆਪਣੀ ਸਰਕਾਰ ਹੀ ਕੀਤਾ ਸੜਕ ਤੇ ਬਿਠਾਇਓ ਜਾਂ ਇੰਨਾ ਚਿਰ ਲੱਖਾਂ ਲੋਕ ਇਹ ਜਿਹੜੇ ਔਰ ਇਹ ਏਜੰਸੀਆਂ ਜਿਹੜੀਆਂ ਉਹਨਾਂ ਦੀ ਚਮਚਾਗਰੀ ਕਰਦੀਆਂ ਉਹਨਾਂ ਦੇ ਦਲਾਲੀ ਕਰਦੀਆਂ ਇਹਨਾਂ ਨੂੰ ਬਿਲਕੁਲ ਬਾਜ ਆਉਣਾ ਚਾਹੀਦਾ ਇਹਨਾਂ ਕੰਮਾਂ ਤੋਂ ਇਹਨਾਂ ਨੂੰ ਪ੍ਰੋਫੈਸ਼ਨਲ ਹੋਣਾ ਚਾਹੀਦਾ ਕਿ ਸਭ ਤੋਂ ਵੱਧ ਜਿਹੜੇ ਵੱਡੇ ਜੋਰ ਹੈਗੇ ਔਰ ਜਿਨ੍ਹਾਂ 'ਚ ਬਹੁਤ ਸਾਰੇ ਮਨਿਸਟਰ ਸਹਿਬਾਨ ਇਹਨਾਂ ਨੂੰ ਨਜ਼ਰ ਆਉਣਗੇ ਉਹਨਾਂ ਦੇ ਰੇਡ ਕਰਨੇ ਚਾਹੀਦੇ ਵਿਰੋਧੀ ਪਾਰਟੀਆਂ ਦੇ ਨਹੀਂ ਰੂਲਿੰਗ ਪਾਰਟੀਆਂ ਦੇ ਕਿਉਂਕਿ ਰੂਲਿੰਗ ਪਾਰਟੀਆਂ ਦੇ ਕੋਈ ਧੇਰ ਥੋੜੀ ਐ ਇਹ ਕਿ ਉਹਨਾਂ ਦੇ ਥੱਲੇ ਥੋੜੀ ਐ ਇਹ ਤਨਖਾਹ ਬਰਾਬਰ ਦੀ ਖਜ਼ਾਨਿਆਂ 'ਚੋਂ ਲੈਂਦੇ ਆ ਕਿਸ ਕੰਮ ਲਈ ਲੈਂਦੇ ਆ ਤਾਂ ਕਿ ਸਿਸਟਮ ਸਹੀ ਰਹੇ ਪਰ ਇਹ ਜੇ ਉਹਨਾਂ ਦਾ ਹਿੱਸਾ ਬਣ ਕੇ ਉਹਨਾਂ ਦੇ ਚਮਚੇ ਬਣ ਕੇ ਜਿਹੜੇ ਵਿਰੋਧੀ ਹੁੰਦੇ ਆ ਸਰਕਾਰ ਨੂੰ ਕੋਈ ਵੀ ਜਿਹੜੇ ਵਿਰੋਧ ਆਵਾਜ਼ ਠਉਂਦੀ ਆ ਉਹਨਾਂ ਤੇ ਆ ਕੇ ਭਾਰੀ ਪੈਣ ਲੱਗਦੇ ਆ ਜਿਵੇਂ ਬੀਜੇਪੀ ਦੇ ਲੀਡਰਾਂ ਦਾ ਕਾਫੀ ਇੱਕ ਤੌਰ ਦੇ ਉਤੇ ਘਰਾਓ ਕਰਕੇ ਹੋਰ ਕਰਕੇ ਲੋਕਾਂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੇਖੋ ਖਬਰਦਾਰ ਜੇ ਤੁਸੀਂ ਗਲਤ ਪ੍ਰਪਾਗੈਂਡਾ ਕੀਤਾ ਇਹਨਾਂ ਤਿੰਨਾ ਕਾਨੂੰਨਾਂ ਬਾਰੇ ਇਹਨਾਂ ਦਾ ਵੀ ਘਰਾਓ ਤੇ ਹੋਣਾ ਚਾਹੀਦਾ ਕਿਉਂਕਿ ਇਹ ਅੱਥ ਚੁੱਕ ਲਈ ਹੈ ਕਿ ਤੁਸੀਂ ਕਿਸੇ ਦੀ ਵੀ ਜਿਹੜੀ ਜੈਨੂਅਨ ਆਵਾਜ਼ ਆ ਜਿਹੜੀ ਸਚਾਈ ਦੀ ਹੱਕ ਦੀ ਆਵਾਜ਼ ਆ ਉਸ ਨੂੰ ਆਪਣੇ ਧੱਕੇ ਨਾਲ ਦਬਾਉਣਾ ਚਾਹੁੰਦੇ ਆ ਇਹਨਾਂ ਨੂੰ ਵੀ ਥੋੜਾ ਜਿਹਾ ਸਿੱਖ ਤੇ ਇਸ ਗੱਲ ਦਾ ਰੋਮਨ ਲੱਗਣਾ ਚਾਹੀਦਾ ਕਿ ਨਜਾਇਜ਼ ਨਹੀਂ ਹੁਣ ਅੱਜ ਦੀ ਤਰੀਕ ਦੇ ਵਿੱਚ ਇੰਨੀ ਚੜਤ ਦੇ ਦਿਨਾਂ ਦੇ ਵਿੱਚ ਵੀ ਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਪ੍ਰੋਫੈਸਰ ਸਾਹਿਬ ਰੇਖ ਤੇ ਜਾਂ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕਿ ਹੁਣ ਪਿੰਡਾਂ ਦੇ ਲੋਕਾਂ ਵੱਲੋਂ Jio ਦੇ ਕਨੈਕਸ਼ਨਾਂ ਦੇ ਬਿਜਲੀ ਦੇ ਟਾਵਰ ਜੋ ਨੇ ਕੱਟੇ ਜਾ ਰਹੇ ਨੇ ਵੱਡੇ ਪੱਧਰ ਤੇ ਇਹਨਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਹਾਂ ਉਹ ਦੇਖੋ Jio ਅਤਿ ਸਿਆ ਫੇਤੇ ਨਾ ਦੇ ਬਾਈਓ ਆ ਹੁਣ ਜੀ ਇਥੇ ਖੇਤੀ ਦੇ ਉੱਤੇ ਕੋਈ ਕੰਟਰੈਕਟ ਫਾਰਮਿੰਗ ਕਦੀ ਕੋਦੀ ਤੁਹਾਨੂੰ ਪਤਾ ਪਿੱਛੇ ਜੇ ਇਹਨਾਂ ਨੇ ਸਬਜ਼ੀਆਂ ਦੇ ਵਿੱਚ ਵੀ ਰਿਟੇਲਿੰਗ ਦਾ ਜਾਂ ਉਹਦਾ ਵੀ ਸ਼ੁਰੂ ਕੀਤਾ ਸੀਗਾ ਰਿਲਾਇੰਸ ਨੇ ਇਹ ਜਿਹੜੇ ਜ਼ਿਆਦਾ ਸਾਰੇ ਦੇਸ਼ ਦੇ ਵਿੱਚ ਧਾਂਦਲੀ ਪਾਈ ਹੋਈ ਆ ਇਸ ਵੇਲੇ ਉਹ ਇਨਾਂ ਹੀ ਕਰਾਨਿਆਂ ਦੀ ਹੈ ਅਦਾਨੀ ਬਾਨੀ ਤੇ ਕੁਝ ਦੋ ਚਾਰ ਜਿਹੜੇ ਜੇ ਖੁੱਲ ਕੇ ਸਾਹਮਣੇ ਨਹੀਂ ਆ ਰਹੇ ਉਹ ਵੀ ਹੋਣਗੇ ਜਿਹੜੇ ਮੋਟੀਆਂ ਮੋਟੀਆਂ ਰਕਮਾਂ ਜਿਹੜੀਆਂ ਮੋਦੀ ਜੀ ਨੂੰ ਉਹਨਾਂ ਦੀ ਸਰਕਾਰ ਨੂੰ ਬੀਜੇਪੀ ਨੂੰ ਚੋਣਾਂ ਲੜਨ ਲਈ ਦੇ ਰਹੇ ਆ ਸਿੱਦੇ ਟੰਗ ਨਾਲ ਅ ਸਿੱਦੇ ਟੰਗ ਨਾਲ ਜਾਨੀ ਵੱਡੇ ਪੱਦਰ ਤੇ ਉਹਨਾਂ ਦੀ ਮਦਦ ਕਰ ਰਿਹਾ ਤੇ ਸਰਕਾਰ ਹੁਣ ਉਹਨਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਇਹੀ ਤੇ ਹੈ ਇਹੀ ਪਹਿਲਾਂ ਤੁਹਾਨੂੰ ਤੁਸੀਂ ਦੇਖੋਗੇ ਇਹ 2016 ਚ ਜਿਓ ਸ਼ੁਰੂ ਹੋਇਆ ਤੇ ਇਸ ਵੇਲੇ ਸਭ ਤੋਂ ਵੱਧ ਸੇ ਮੇ ਇਹਨਾਂ ਕੋਲ ਚੱਲੇ ਗਿਆ ਕੀ ਕਿ ਇਹਨਾਂ ਤੇ ਖਾਸ ਕੋਈ ਮੰਤਰ ਪੜਿਆ ਜਾਂ ਕੋਈ ਖਾਸ ਉਹਦੇ ਤੇ ਸੰਤ ਪਾਉਂਦੇ ਆ ਨਾਲ ਕੇ ਖੁਸ਼ਬੂ ਆਉਂਦੀ ਫੋਨ ਕਰਨ ਲੱਗਿਆ ਇਹ ਤੇ ਇਹ ਤੇ ਤਕਾਇਆ ਸ਼ਰਿਆਮ ਜਿਹੜੀ ਉਹਨਾਂ ਨੂੰ ਫੇਵਰੇਟਿਜ਼ਮ ਆ ਸਰਕਾਰ ਵੱਲ ਸਰਕਾਰ ਉਹਨਾਂ ਨੂੰ ਜਿਹਨੂੰ ਕਰੋਨੀ ਕੈਪੀਟਲ ਕਹਿੰਦੇ ਆ ਕਿ ਉਹਨਾਂ ਦੇ ਚਿਹਤੇ ਹੈਗੇ ਇੰਜ ਕਹਿ ਲਓ ਜਿਹੜੀਆਂ ਸਭ ਤੋਂ ਪਹਿਲੀਆਂ ਕੰਪਨੀਆਂ ਜਿਦਾਂ Airtel ਆ Vodafone ਉਹ ਇਹਨਾਂ ਨਾਲੋਂ ਪਿੱਛੇ ਰਹਿ ਗਈਆਂ ਤੇ ਉਹ ਇੰਨੇ ਜਿਆਦਾ ਸਟ੍ਰੈਸ ਚ ਉਹਨਾਂ ਦੇ ਕਈ ਵਰਕਰ ਤੇ ਉਹਨਾਂ ਨੇ ਛੰਡ ਛਾਂਟੀ ਕਰ ਦਿੱਤੇ ਆ ਬਹੁਤ ਸਾਰੇ ਵਰਕਰ ਇਸ ਗੱਲ ਦੇ ਉੱਤੇ ਟੈਨਸ਼ਨ ਚ ਰਹਿੰਦੀ ਆ ਕਿ ਸਾਨੂੰ ਕਿਤੇ ਵੀ ਜਵਾਬ ਨਾ ਦੇ ਦੇਣ ਇਹ ਜਿਹੜੀ ਲੈਵਲ ਪਲੇਇੰਗ ਫੀਲਡ ਆ ਉਹ ਸਰਕਾਰ ਇਹਨਾਂ ਦੀ ਫੇਵਰ ਕਰਕੇ ਬਾਕੀ ਦਿਆਂ ਨੂੰ ਮੰਡੀ ਚੋਂ ਮਾਰਕੀਟ ਚੋਂ ਬਾਹਰ ਕਰ ਰਹੀ ਆ ਔਰ ਜਿਹੜੀ BSNL ਏਡਾ ਪੁਰਾਣਾ ਸਾਡਾ ਮੈਕਮਾ ਹੈਗਾ ਏਡਾ ਮਜ਼ਬੂਤ ਮੈਕਮਾ ਹੈਗਾ ਔਰ ਸਰਵਿਸਿਜ਼ ਉਹ ਬਿਲਕੁਲ ਹੀ ਥੱਲੇ ਸਾਰਿਆਂ ਨਾਲੋਂ ਹੀ ਥੱਲੇ 10% 11% ਜਿਹੜੀ ਆ ਇਹ ਮਾਰਕੀਟ ਨੂੰ ਕਵਰ ਕਰ ਰਹੀ ਹੈ ਇਹ ਇਹ ਜਿਹੜੀਆਂ ਆਪਣੇ ਜਿਹੜਾ ਬਣਿਆ ਹੋਇਆ ਸਰਕਾਰੀ ਆਧਾਰਾ ਆ ਉਸ ਨੂੰ ਕਮਜ਼ੋਰ ਕਰਕੇ ਤੁਸੀਂ ਪ੍ਰਾਈਵੇਟਾਂ ਚਹੇਤਿਆਂ ਨੂੰ ਅੱਗੇ ਲਿਆਉਣਾ ਇਹ ਗੁੱਸਾ ਤੇ ਲੋਕਾਂ ਨੂੰ ਹੈ ਹੀ ਹੈ ਇੱਥੇ ਤੇ ਮੈਂ ਦੇਖਿਆ ਟਿਕਰੀ ਬਾਰਡਰ ਦੇ ਉੱਤੇ ਜਿੱਥੇ ਕਿਸਾਨ ਧਰਨਿਆਂ ਤੇ ਬੈਠਿਆ ਇਸ ਤਰ੍ਹਾਂ ਸਿੰਘੂ ਬਾਰਡਰ ਦੇ ਉੱਤੇ Airtel ਵਾਲਿਆਂ ਨੇ Vodafone ਦਾਤ ਨਹੀਂ ਦੇਖਿਆ Airtel ਨੇ ਜਗ੍ਹਾ ਜਗ੍ਹਾ ਆਪਣੀਆਂ ਛਤਰੀ ਜੀ ਲਾ ਕੇ ਬੱਚੇ ਖੜੇ ਹੋ ਜਾਂਦੇ ਆ ਕਹਿੰਦੇ ਲਿਆਓ ਜੀ ਸੇਮਾ ਅਸੀਂ ਬਦਲ ਦਿੰਦੇ ਆ ਮਿੰਟ ਚੋਂ ਦੀ ਅਸੀਂ ਉਹੀ ਨੰਬਰ ਰੱਖਦੇ ਹੋਏ ਦੂਜੀ ਜਗ੍ਹਾ Airtel ਤੇ Jio ਤੋਂ ਚੜਾ ਦਿੰਦੇ ਆ ਤੇ ਉੱਥੇ ਕਾਫੀ ਲੱਖਾਂ ਦੀ ਗਿਣਤੀ ਚ ਇਹ ਹੋ ਰਿਹਾ ਪਰ ਅਜੇ ਵੀ ਕਿਉਂਕਿ ਲੋਕਾਂ ਦਾ ਗੱਲ ਇੱਥੇ ਨਹੀਂ ਹੁੰਦੀ ਇੱਕ ਪੰਚਾਇਤ ਦੀ ਜ਼ਮੀਨ ਦੇ ਵਿੱਚ Jio ਵਾਲਿਆਂ ਨੇ ਬਿਨਾ ਪਰਮਿਸ਼ਨ ਪੰਚਾਇਤੋ ਲਿਆਂ ਧੱਕੇ ਨਾਲ ਆਪਣਾ ਟਾਵਰ ਖੜਾ ਕਰਤਾ ਕੋਈ ਕਰਾਇਆ ਨਹੀਂ ਕੋਈ ਕੁਛ ਨਹੀਂ ਕਿਉਂ ਭਈ ਇਹ ਸਾਰਾ ਦੇਸ਼ ਦੀ ਜ਼ਮੀਨ ਜਿਹੜੀ ਹੈ ਤੁਹਾਡੀ ਆਪਣੀ ਹੋਗੀ ਜੀਓ ਨੇ ਕਿਹੜੇ ਜਾ ਕੇ ਉਹਨਾਂ ਨੂੰ ਮੱਝ ਬੰਦ ਦੇਣੀ ਆ ਜਾਂ ਕੋਈ ਦੁੱਧ ਦੇਣਾ ਪਿੰਡਾਂ ਦੇ ਵਿੱਚ ਵੰਡਣਾ ਆ ਭਈ ਆ ਲਓ ਤੁਹਾਨੂੰ ਅਸੀਂ ਇੱਕ ਇੱਕ ਲੀਟਰ ਸਾਰਿਆਂ ਨੂੰ ਦੁੱਧ ਦੇਣੀ ਆ ਤੁਹਾਡੇ ਟਾਵਰ ਲਾਇਆ ਕੁਛ ਨਹੀਂ ਹੈ ਲੁੱਟ ਹੈ ਸੁਰਛਰਿਆਂ ਸਾਰੀਆਂ ਸੜਕਾਂ ਤੋੜ ਕੇ ਚੱਲੇ ਜਾਂਦੇ ਆਪਣੀਆਂ ਕੇਬਲ ਬਸਾਉਂਦੇ ਬਚਾਉਂਦੇ ਲੋਕ ਧੱਕੇ ਖਾਂਦੇ ਆ ਕੋਈ ਉਹਨਾਂ ਨੂੰ ਪੁੱਛਦਾ ਨਹੀਂ ਕਿਤੇ ਵੀ ਕੁਛ ਵੀ ਤਾਂਗਲੀ ਮੱਚੀ ਹੋਈ ਆ ਔਰ ਉਹ ਜੇ ਬੰਦਿਆਂ ਨੂੰ ਖਰੀਦ ਕੇ ਚਾਰ ਪੈਸੇ ਦੇ ਕੇ ਉਹਨਾਂ ਦਾ ਝੂਠੀ ਸੱਚੀ ਪਰਮਿਸ਼ਨ ਲੈ ਕੇ ਪੂਰੇ ਦੇਸ਼ ਨੂੰ ਆਪਣੇ ਨਾਂ ਤੇ ਲਵਾਈ ਜਾਂਦੇ ਆ ਇਹਨਾਂ ਨੂੰ ਜੇ ਰੋਕੋਗੇ ਨਹੀਂ ਨਾ ਕਿ ਤਰ੍ਹਾਂ ਕਿਤੇ ਇਹੋ ਜਿਹੇ ਜਿਹੜਾ ਤੇਵਰ ਦਿਖਾਏ ਆ ਤਾਂ ਇਹ ਸਾਨੂੰ ਘਰਾਂ ਤੋਂ ਬਾਹਰ ਕੱਢ ਕੇ ਉਹਨਾਂ ਘਰਾਂ ਤੇ ਕਬਜ਼ੇ ਕਰਨ ਤੱਕ ਜਾ ਸਕਦੇ ਇਹ ਲਾਲਚ ਤੇ ਲੋਭ ਇਹਨੇ ਹੰਕਾਰੀ ਹੁੰਦੇ ਲੋਕ ਉਹਨਾਂ ਨੂੰ ਕੁਝ ਨਹੀਂ ਦਿਖਦਾ ਸਿਵਾਏ ਆਪਣੇ ਪੈਸੇ ਤੋਂ ਪੈਸੇ ਦੇ ਨਸ਼ੇ 'ਚ ਅੰਨੇ ਹੋ ਜਾਂਦੇ ਆ ਉਸੇ ਤਰੀਕੇ ਨਾਲ ਹੀ ਇਹ ਆਪਣਾ ਇਹਨਾਂ ਦਾ ਵਤੀਰਾ ਹੁੰਦਾ ਰਮਨੇ ਮੈਂ ਏਡੀ ਲੰਮੀ ਗੱਲ ਕਿਉਂ ਕਹਿ ਰਿਹਾ ਕਿਉਂਕਿ ਇਹ ਸਾਨੂੰ ਆਪਣੇ ਇਥੇ ਆਲੇ-ਦੁਆਲੇ ਸਾਡੀ ਰੋਜ਼ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਕਿਵੇਂ ਧੱਕਾ ਜਿਹੜਾ ਆਮ ਬੰਦੇ ਦੇ ਹੱਕ ਹਕੂਕ ਨਾਲ ਉਹਨਾਂ ਦਾ ਜਿਹੜਾ ਐਜ਼ ਇੱਕ ਕੰਜ਼ਿਊਮਰ ਰਾਈਟ ਹੁੰਦਾ ਉਹਦੇ ਨਾਲ ਕਿਵੇਂ ਧੱਕਾ ਕੀਤਾ ਜਾਂਦਾ ਤੇ ਜੇ ਉਹ ਕੱਟ ਰਹੇ ਆ ਤੇ ਉਹ ਦੱਸਣਾ ਇਹੀ ਚਾਹੁੰਦੇ ਆ ਪ੍ਰੋਟੈਸਟ ਕਰ ਰਹੇ ਆ ਕਿ ਦੇਖੋ ਜੇ ਤੁਸੀਂ ਸਾਡੇ ਨਾਲ ਇਸ ਕਿਸਮ ਦਾ ਜਾਂ ਹੋਰ ਪਬਲਿਕ ਸੈਕਟਰ ਨਾਲ ਸ਼ਰਿਆਮ ਤੱਕਾ ਕਰੋਗੇ ਤਾਂ ਉਧਰ ਰਿਜ਼ਲਟ ਹੈ ਫਿਰ ਪਬਲਿਕ ਆਪ ਆਪਣੇ ਹੱਕ ਲਈ ਖੜੀ ਹੋਊਗੀ ਹਾਲਾਂਕਿ ਆਉਣ ਵਾਲੇ ਸਮੇਂ 'ਚ ਦੇਖੋ ਫਿਰ ਠੰਡ ਠੰਡੌੜਾ ਬੈਲੈਂਸ ਹੋ ਜਾਊਗਾ ਪਰ ਅੱਜ ਵੀ ਤਰੀਕ ਦੇ ਵਿੱਚ ਜਦੋਂ ਮਾਹੌਲ ਇੱਡਾ ਗਰਮ ਆ ਇਹਨਾਂ ਕਾਰਤੇ ਤੁਹਾਨੂੰ ਰੀਵਿਊ ਕਰਕੇ ਜਰੂਰ ਸਮਝਣਾ ਚਾਹੀਦਾ ਕਿ ਅਸੀਂ ਕੰਜ਼ਿਊਮਰ ਜਿਹੜੇ ਹੈਗੇ ਉਹਨਾਂ ਨੂੰ ਸਸਤੀਆਂ ਸਰਵਿਸਿਜ਼ ਦਈਏ ਪਰ ਇਹਦਾ ਮਤਲਬ ਇਹ ਨਹੀਂ ਕਿ ਦੂਜੇ ਪਾਸੇ ਤੁਹਾਡੇ ਜਿਹੜੇ ਮੁਕਾਬਲੇ ਚ ਲੋਕ ਹੈ ਉਹਨਾਂ ਨੂੰ ਤੁਸੀਂ ਮਾਰਕੀਟ ਚੋਂ ਬਾਹਰ ਖਾਡ ਕੇ ਖਦੇੜ ਕੇ ਸਾਰੀ ਦੀ ਸਾਰੀ ਦਾ ਚੀਜ਼ ਆਪਣੇ ਉੱਤੇ ਕਬਜ਼ਾ ਕਰ ਲੈ। ਪ੍ਰੋਫੈਸਰ ਸਾਹਿਬ ਅਸੀਂ ਖਬਰਾਂ ਦਾ سلسلہ ਅੱਗੇ ਤੋਰ ਰਹੀਏ ਤਾਂ ਗੁਰਦੁਆਰਾ ਫਤਿਹਗੜ ਸਾਹਿਬ ਕੇ ਸ਼ਹੀਦੀ ਜੋੜ ਮੇਲ ਦੀ ਆਰੰਭਤਾ ਹੋ ਚੁੱਕੀ ਹੈ ਵੱਡੀ ਗਿੰਦੀ ਵਿੱਚ ਸੰਗਤ ਨੇ ਉੱਥੇ ਮੱਥਾ ਟੇਕਿਆ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਕਾਲ ਗੁਰਦੁਆਰਾ ਸ੍ਰੀ ਕਤਗੜ ਸਾਹਿਬ ਕਿ ਨਤਮਸਤਕ ਹੋਇਆ ਬੀਬੀ ਜ਼ਗੀਰ ਕੌਰ ਉੱਥੇ ਨਤਮਸਤਕ ਹੋਇਆ। ਦੇਖੋ ਰੋਮੈ ਨੇ ਇਹ ਜਿਹੜਾ ਹਫਤਾ ਹੁੰਦਾ ਹਰ ਸਾਲ ਇਸੇ ਤਰੀਕੇ ਨਾਲ ਬੜਾ ਸੂਗ ਦਾ ਹੁੰਦਾ ਲੋਕ ਆਪਣੇ ਮੰਜੀਆਂ ਤੇ ਸੌਂਦੇ ਨਹੀਂ ਥੱਲੇ ਸੌਂਦੇ ਆ ਉਹ ਉਸ ਸਾਰੀ ਪੀੜਾ ਨੂੰ ਦੁਬਾਰਾ ਹੰਡਾਉਣਾ ਚਾਹੁੰਦੇ ਆ ਜਿੰਨਾ ਵਿੱਚ ਉਹਨਾਂ ਦੇ ਗੁਰੂ ਸਹਿਬਾਨ ਤੇ ਸਹਿਬਜ਼ਾਦੇ ਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਜਿਸ ਮੁਸ਼ਕਲਾਂ ਦੇ ਵਿੱਚੋਂ ਲੰਘੇ ਉਹਨਾਂ ਨਾਲ ਉਸ ਕਿਸਮ ਦੀ ਉਹ ਸੀੜਾ ਨੂੰ ਹੰਡਾ ਕੇ ਆਪਣੇ ਆਪ ਨੂੰ ਰਾਹਤ ਬਚਾਉਂਦੇ ਆ ਕਿ ਦੇਖੋ ਅਸੀਂ ਤੇ ਇਹੀ ਕੁਝ ਅੱਜ ਦੇ ਤਰੀਕੇ ਚ ਕਰ ਸਕਦੇ ਆ ਅਸੀਂ ਅੰਦਾਜ਼ਾ ਲਾ ਸਕਦੇ ਆ ਕਿ ਤੁਸੀਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਉਦੋਂ ਸ਼ਹੀਦ ਕੀਤਾ ਜ਼ਾਲਮ ਲੋਕਾਂ ਨੇ ਤੇ ਇਹ ਜ਼ੁਲਮ ਦੇ ਵਿਰੁੱਧ ਇਸ ਚੀਜ਼ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਹਰ ਸਾਲ ਆਪਣੇ ਪਰਣ ਨੂੰ ਪੱਕਾ ਕਰਦੇ ਹਾਂ ਕਿ ਅਸੀਂ ਬੇਇਨਸਾਫੀ ਨਾ ਆਪਣੇ ਨਾਲ ਹੋਣ ਦਿਆਂਗੇ ਨਾ ਕਿਸੇ ਹੋਰ ਨਾਲ ਹੋਣ ਦਿਆਂਗੇ ਦੇਖੋ ਠੰਡੇ ਪਾਣੀ ਚ ਜਿਹੜੀ ਉੱਥੇ ਨਦੀ ਆ ਉਹਦੇ ਚੋਂ ਨੰਗ ਕੇ ਸਰਸਾ ਨਦੀ ਉਹਦੇ ਵਿੱਚੋਂ ਦੀ ਆਉਣਾ ਇਨ੍ਹਾਂ ਦਿਨਾਂ ਦੇ ਵਿੱਚ ਇਹੀ ਗੱਲ ਨੂੰ ਦਰਸਾਉਂਦਾ ਕਿ ਉਹ ਉਸੇ ਦੁੱਖ ਨੂੰ ਕਿਵੇਂ ਫੌਜਾਂ ਉਦੋਂ ਲੰਗੀਆਂ ਹੋਣਗੀਆਂ ਇਸ ਪਾਣੀ ਖਾਣੀ ਔਰ ਕੀ ਉਹਨਾਂ ਨੂੰ ਦਰਦ ਹੋਇਆ ਹੋਊਗਾ ਇਹ ਉਸ ਨੂੰ ਦਰਾ ਕੇ ਆਪਣੀ ਨਿਸ਼ਚਿਆ ਨੂੰ ਪੱਕੇ ਕਰਨਾ ਔਰ ਆਤਮ ਆਪਣੇ ਆਤਮਕ ਸ਼ੁੱਧੀ ਕਰਨਾ ਕਿ ਅਸੀਂ ਸੱਚੇ ਰਸ ਮਾਰਗ ਦੇ ਉੱਤੇ ਚੱਲਦੇ ਰਹਾਂਗੇ ਸੁਖਬੀਰ ਬਾਦਲ ਹੁਣੀ ਅਕਸ ਤੁਹਾਨੂੰ ਪਤਾ ਧਾਰਮਿਕ ਪਾਰਟੀ ਅਬੀ ਬੀ ਜਗੀਰ ਕੋਰ ਤੇ ਐ ਜੀ ਪੀ ਜ਼ੀ ਦੇ ਪ੍ਰਧਾਨ ਹੀ ਹੈ ਉਹਨਾਂ ਵੱਲੋਂ ਵੀ ਬਿਆਨ ਆਏ ਉਹਨਾਂ ਵੱਲੋਂ ਦੂਜੇ ਪਾਸਿਓਂ ਪੋਲਿਟਿਕਲ ਬਿਆਨ ਜਿਹੜੇ ਵੀ ਆਏ ਆ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਵੀ ਸੀ ਇੱਥੇ ਉਹਨਾਂ ਨੇ ਉਹਦੇ ਵਿੱਚ ਵੀ ਇਹੀ ਗੱਲ ਕਹੀ ਆ ਕਿ ਅਸੀਂ ਫੇਰ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ ਜੇ ਅਜੇ ਤੱਕ ਛੇਤੀ ਛੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਹ ਲੱਗਦਾ ਆ ਕਿ ਉਹ ਵੀ ਛੇਤੀ ਹੋਣਾ ਇਹ ਰਾਜਨੀਤਿਕ ਤੌਰ ਤੇ ਇਹ ਕਾਨੂੰਨਾਂ ਦੇ ਵਿਰੁੱਧ ਮੈਦਾਨ ਦੇ ਵਿੱਚ ਨਿਤਰਨ ਵਾਲੇ ਹੈ ਰੋਮਨ ਜੀ ਪ੍ਰੋਫੈਸਰ ਸਾਹਿਬ ਉਧਰ ਬੈਬਲ ਕਾਂਡ ਵਿੱਚ ਮਜ਼ਮਾ ਮਲੋਤ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਬਿਆਨ ਦਿੱਤਾ ਹੈ ਆਈਜੀ ਕੁਵਰ ਵਿਜੀ ਪ੍ਰਤਾਪ ਸਿੰਘ ਨੇ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਿਆਨ ਦਰਜ ਕਰਵਾਏ ਨੇ ਉਹਨਾਂ ਨੇ ਦੇਖੋ ਹਾਂ ਜਿਹੜੇ ਉੱਥੇ ਦੇ ਪੰਦੇਰ ਸਾਹਿਬ ਆ ਐਸਐਚਓ ਜਿਹੜੇ ਮੌਕੇ ਦੇ ਉਦੋਂ ਦੇ ਸੀਗੇ ਫਰੀਦਕੋਟ ਦੇ ਕੋਟਕਪੂਰੇ ਦੇ ਤੇ ਉਹਨਾਂ ਨੇ ਇਹ ਜਿਹੜਾ ਉਹਨਾਂ ਦੇ ਵਿਰੁੱਧ ਰੇਟ ਪਟੀਸ਼ਨ ਪਾਈ ਆ ਵੀ ਇਹ ਤੇ ਸਾਨੂੰ ਹੌਲੀ ਹੌਲੀ ਜੀਲ ਵੀ ਕਰਵਾ ਸਕਦਾ ਕੁਮਰ ਵਿਜੇ ਪ੍ਰਤਾਪ ਨੂੰ ਤੁਸੀਂ ਕਿੱਥੇ ਇਨਵੈਸਟੀਗੇਸ਼ਨ ਟੀਮ ਦੇ ਵਿੱਚ ਪਾਤਾ ਇਹਨੂੰ ਬਾਹਰ ਕੱਢੋ ਜੇ ਸਾਡੀ ਜਾਨ ਬਚਾਉਣੀ ਹੈ ਤੇ ਉਹ ਉਹਨੇ ਕਾਫੀ ਕੜਿਕਾ ਮਜ਼ਬੂਤ ਕੀਤਾ ਹੋਇਆ ਇਹਨਾਂ ਵਿਰੁੱਧ ਕੁਝ ਡੀਜੀਪੀ ਸਮੇਤ ਸਿਆਣੀ ਵਿਰੋਧ ਦਾ ਆਈਜੀ ਵਿਰੁੱਧ ਵੀ ਕੀਤਾ ਹੋਇਆ ਤੇ ਮੌਕੇ ਦੇ ਜਿਹੜੇ ਉਹ ਦੋਸੇਗੇ ਉਹ ਹੁਣ ਲੱਗਦਾ ਜਦੋਂ ਉਹਨਾਂ ਨੂੰ ਡਾਰਿਆ ਤੇ ਉਹ ਕਹਿੰਦੇ ਕਿ ਪਹਿਲਾਂ ਬਾਹ ਸੀ ਥੋੜੋ ਤਾਂ ਕਿ ਬੰਸਰੀ ਤਾਂ ਹੀ ਵਜਣੀ ਬੰਦ ਹੋਊਗੀ ਜਿਹੜੀ ਕਹਾਵਤ ਹੈਗੀ ਹੁਣ ਇਸ ਕਰਕੇ ਇਹ ਕੋਰਟ ਨੇ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਸਾਫ਼-ਸਾਫ਼ ਆਪਣਾ ਲਿਖਤੀ ਤੌਰ ਤੇ ਬਿਆਨ ਦੇ ਦਿੱਤਾ ਕਿ ਮੇਰੇ ਤੇ ਦੱਸੋ ਕੀ ਦੋਸ਼ ਹੈ ਮੈਂ ਗਲਤ ਕੰਮ ਕੀ ਕੀਤਾ ਕੀ ਪੱਕ ਪਤੀ ਕੀਤੀ ਆ ਤੁਸੀਂ ਵੈਸੇ ਜੇ ਮੈਨੂੰ ਬਦਲਣਾ ਤੇ ਬਹੁਤ ਦੇਖੋ ਅਫਸਰ ਆ ਬਦਲਿਆ ਜਾ ਸਕਦਾ ਪਰ ਬਿਨਾਂ ਕਿਸੇ ਕਾਰਨ ਤੋਂ ਮੁਲਜ਼ਮ ਮੁਲਜ਼ਮ ਮੇਰੀ ਸ਼ਿਕਾਇਤ ਕਰਨ ਕਿਉਂਕਿ ਉਹ ਫਸ ਰਹੇ ਆ ਇਸ ਲਈ ਤੁਸੀਂ ਕਿਸੇ ਅਫਸਰ ਨੂੰ ਬਦਲ ਦਿਓ ਇਹ ਤਾਂ ਕੋਈ ਤੁਕ ਨਹੀਂ ਬਣਦੀ ਮੈਨੂੰ ਲੱਗਦਾ ਕਿ ਉਹਨਾਂ ਨੇ ਬੜਾ ਬੈਲੈਂਸ ਤੇ ਵਧੀਆ ਬਿਆਨ ਜੋ ਉਹਨਾਂ ਦਾ ਪੰਡਦਾ ਸੀ ਉਹਨਾਂ ਨੇ ਦਿੱਤਾ ਕੋਰਟ ਉਹਨਾਂ ਨੂੰ ਉਸੇ ਸਪਿਰਿਟ ਸੋਚੂਗੀ ਕਿ ਜੋ ਵੀ ਬੰਦੇ ਦੋਸ਼ੀ ਆਗੇ ਉਹ ਹੁਣ ਤੱਕ ਤੇ ਸਜ਼ਾ ਉਹਨਾਂ ਨੂੰ ਮਿਲ ਜਾਣੀ ਚਾਹੀਦੀ ਸੀ ਕੋਰਟ ਨੂੰ ਵੀ ਸਗੋਂ ਆਪਣਾ ਜਿਹੜੀ ਕਾਰਵਾਈ ਆ ਉਹ ਥੋੜੀ ਤੇਜ਼ ਕਰਨੀ ਚਾਹੀਦੀ ਹੈ ਰੋਮਨ ਜੀ ਪ੍ਰੋਫੈਸਰ ਸਾਹਿਬ ਉਧਰ ਮਹਾਰਾਸ਼ਟਰ ਦੇ ਕੇਂਦਰੀ ਮੰਤਰੀ ਰਾਮਦਾਸ ਠਾਵਲੇ ਨੇ ਬਿਆਨ ਦਿੱਤਾ ਕਿ ਖੇਤੀ ਕਾਨੂੰਨ ਰੱਦ ਕਰਨ ਨਾਲ ਲੋਕਤੰਤਰ ਨੂੰ ਨੁਕਸਾਨ ਪਹੁੰਚੇਗਾ ਇਹ ਤੇ ਬਿਲਕੁਲ ਉਹਨਾਂ ਦਾ ਅਕਲਮੰਦੀ ਦਾ ਬਿਆਨ ਹੈਗਾ ਦੇਖੋ ਉਹਨਾਂ ਦੀ ਆਪਣੀ ਅਲੱਗ ਪਾਰਟੀ ਆ ਉਹ ਐਨਡੀਏ ਦੇ ਪਾਈਵਾਲ ਹੈਗੇ ਆ ਅੱਗੇ ਵੀ ਇਹੋ ਜਿਹਾ ਬਿਆਨ ਉਹ ਦਿੰਦੇ ਹੁੰਦੇ ਤੇ ਐਤਕੀ ਵੀ ਉਹਨਾਂ ਨੂੰ ਲੱਗਾ ਕਿ ਮੈਂ ਪਿੱਛੇ ਨਾ ਰਹਿ ਜਾ ਪਰ ਜਿਹੜੀ ਗੱਲ ਕੀਤੀ ਉਹਨਾਂ ਨੇ ਬੜੀ ਪਤੇ ਦੀ ਤੇ ਸੱਚੀ ਕੀਤੀ ਆ ਵੀ ਤੁਸੀਂ ਕਹੀ ਜਾਂਦੇ ਆ ਤਿੰਨ ਕਾਨੂੰਨ ਵਾਪਸ ਲੈ ਲਓ ਵਾਪਸ ਲੈ ਲਓ ਇਹਦਾ ਤੁਹਾਨੂੰ ਕਹਿੰਦਾ ਤੁਹਾਨੂੰ ਪਤਾ ਵੀ ਹੈ ਕਿ ਇਹਦਾ ਅਸਰ ਅਸਰ ਕੀ ਹੋਊਗਾ ਇਹਦਾ ਰਿਜ਼ਲਟ ਕੀ ਨਿਕਲੂਗਾ ਸਾਡੀ ਸਰਕਾਰ țeਡੰਮ ਕਰਕੇ ਡਿੱਗ ਪੂਗੀ ਸਰਕਾਰ ਦੀ ਛਵੀ ਖਤਮ ਹੋ ਜੂਗੀ ਲੋਕਾਂ ਦਾ ਬਿਲਕੁਲ ਹੀ ਜਿਹੜਾ ਮਾੜਾ ਮੋਟਾ ਝੂਠਾ ਸੱਚਾ ਭਰੋਸਾ ਬਣਿਆ ਉਹ ਵੀ ਜਾਂਦਾ ਰਹੂਗਾ ਕਿਉਂਕਿ ਲੋਕਾਂ ਨੂੰ ਇਹ ਲੱਗੂਗਾ ਕਿ ਇੱਥੇ ਤੇ ਸਾਰੇ ਨੋਟ ਖੋਟੇ ਸੀਗੇ ਤੇ ਝਾਲੀ ਝਾਲੀ ਕਰੰਸੀ ਰਾਜਨੀਤਿਕ ਕਰੰਸੀ ਚਲਾ ਰਹੇ ਸੀ ਇਸ ਲਈ ਇਹ ਕਰੰਸੀ ਤੇ ਕਾਗਜ਼ ਹੀ ਆ ਇਹਨੂੰ ਨਾ ਤੁਸੀਂ ਕਰੰਸੀ ਮੰਨੋ ਕੋਈ ਮੋਦੀ ਮਾਦੀ ਦਾ ਇੱਥੇ ਕੋਈ ਚਮਤਕਾਰ ਨਹੀਂ ਰਹੂਗਾ ਸਾਰਾ ਰਾਤੋਂ ਰਾਤ ਮਿੱਟੀ ਹੋ ਜੂਗਾ ਇਸ ਲਈ ਉਹ ਜਿਹੜੇ ਸਾਰਾ ਕੁਝ ਹੁਣ ਤੱਕ ਹਵਾ ਬਣਾਈ ਹੋਈ ਹੈ ਇਹਨਾਂ ਦੇ ਆਈਟੀ ਸੈਲ ਨੇ ਤੇ ਹੋਰ ਨਾ ਚਮਚੇ ਸਰਕਾਰ ਦੇ ਜਿਹੜੇ ਚਮਚੇ ਉਹਨਾਂ ਨੇ ਉਹ ਨਹੀਂ ਦੇ ਹਵਾ ਬਿਲਕੁਲ ਹੀ ਠੋਸ ਹੋ ਜੂਗੀ ਇਸ ਲਈ ਇਹ ਤਾਂ ਉਹਨਾਂ ਨੇ ਚਿੰਤਾ ਬਿਲਕੁਲ ਸਹੀ ਪ੍ਰਗਟ ਕੀਤੀ ਔਰ ਅਸੀਂ ਸਮਝਦੇ ਹਾਂ ਸਰਕਾਰ ਖੁਦ ਹੋਮ ਮਿਨਿਸਟਰ ਵੀ ਇਸ ਗੱਲ ਨੂੰ ਸਮਝਦਾ ਉਹਨਾਂ 13 ਜਿਹੜੇ ਲੀਡਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਇਸ ਗੱਲ ਦੀ ਇੰਡੀਕੇਸ਼ਨ ਦਿੱਤੀ ਸੀ ਕਿ ਅਸੀਂ ਵਾਪਸ ਨਹੀਂ ਲੈ ਸਕਦੇ ਵਾਪਸ ਲੈਣ ਦਾ ਮਤਲਬ ਕਿ ਅਸੀਂ ਐਵੇਂ ਧੱਕੇ ਨਾਲ ਗਲਤ ਮਲਤ ਜੋ ਵੀ ਕਾਨੂੰਨ ਬਣਾਈ ਜਾਂਦੇ ਸਾਰਾ ਦੇਸ਼ ਉਹਨਾਂ ਵਿਰੁੱਧ ਖੜਾ ਹੋ ਕੇ ਉੱਠ ਜੂ ਇਥੇ ਤੇ ਸਿਵਲ ਵਾਰ ਵਾਲੀ ਸਿਚੁਏਸ਼ਨ ਹੋ ਜੂ ਇਸ ਲਈ ਇਹ ਨਾ ਸਾਨੂੰ ਜਿੱਦ ਕਰੋ ਤੁਸੀਂ ਕਿ ਅਸੀਂ ਕਾਨੂੰਨ ਵਾਪਸ ਲਈਏ ਤੇ ਠਾਵਲੇ ਨੇ ਬਿਲਕੁਲ ਉਹ ਚਿੰਤਾ ਤੇ ਸਹੀ ਜਿਤਾਈ ਹੈ ਪਰ ਤੁਸੀਂ ਆਪੇ ਫਾਥੜੀਏ ਤੇਨੂੰ ਕੌਣ ਛਡਾਏ ਇਸ ਪਹੁੰਚਣੇ ਨੂੰ ਤੁਸੀਂ ਆਪਣੀਆਂ ਬੇਕਰਤੂਤੀਆਂ ਕਰਕੇ ਪਹੁੰਚੇ ਇੰਨਾ ਟੱਕਾ ਨਹੀਂ ਸੀ ਕਰਨਾ ਚਾਹੀਦਾ ਪਰ ਹੁਣ ਭੁਗਤੋ ਹਾਂਜੀ ਰੋਮਨ ਪ੍ਰੋਫੈਸਰ ਸਾਹਿਬ ਇਸ ਨਾਲ ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ ਵੇਲਾ ਤੁਹਾਡੇ ਤੋਂ ਜਿਆਸਤ ਲੈਂਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬਾ ਬਹੁਤ ਸ਼ੁਕਰੀਆ ਰੋਮਨ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਦਸ਼ਕਤੋਂ ਤੁਸੀਂ ਦੇਖੇ ਸੀ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੁਹਾਨੂੰ ਸਾਡਾ ਸ਼ੋਅ ਕਿਹੋ ਜਿਹਾ ਲੱਗਾ ਆਪਣੀ ਫੀਡਬੈਕ ਦੇਣਾ ਭੁੱਲਣਾ ਕੱਲ ਫੇਰ ਹਾਜ਼ਰ ਹੋਵਾਂਗੇ ਇਜਾਜ਼ਤ ਦਿਓ ਧੰਨਵਾਦ